ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮਿਲੋ ਜੀ ਹਰਸ਼ਵੀਰ ਸਿੰਘ ਨੂੰ ਸਤਿ ਸ਼੍ਰੀ ਅਕਾਲ ਜੀ ਭਾਈ ਸਾਹਿਬ ਖੁਸ਼ਪ੍ਰੀਤ ਸਿੰਘ ਅੱਜ ਪਹੁੰਚੇ ਹੋਏ ਆ ਜੀ ਫਤਿਹਗੜ੍ਹ ਸਾਹਿਬ ਮਹਿੰਦਰਾ ਏਜੰਸੀ 'ਚ ਕਾਹਤੇ ਇਕੱਠੇ ਹੋਏ ਹਾਂ ਤੁਸੀਂ ਫੋਟੋ 'ਚ ਦੇਖ ਲਿਆ ਆਪਾਂ ਨੇ ਹਰਸ਼ਵੀਰ ਕਿੰਨੀ ਹੋ ਗਈਆਂ ਵਧਾਈ ਜਿਹੜਾ ਕਰਮਾ ਚਾਹ ਗਾਣੇ ਉਹ ਤਾਂ ਬਾਈ ਹੋਈ ਜਿਹਦਾ ਦਾਣਾ ਪਾਣੀ ਜਿਹਨੇ ਬਾਈ ਜਾ ਕੇ ਹੁਣ ਰੋਪੜ ਤੋਂ ਇੰਨੀ ਦੂਰ ਪਹੁੰਚੇ ਆ ਜੇ ਕਰਮਾ ਚਾਹ ਹੈ ਤਾਂ ਹੀ ਉਹ ਤੱਕ ਪਹੁੰਚੇ ਨੇ ਕਿੰਨੇ ਟਰੈਕਟਰ ਰੱਦ ਹੁਣ ਆਏ ਆ ਵੀ ਜਿਹੜਾ ਕੋਈ ਮਰਜ਼ੀ ਪਾਈ ਫਰੀ ਜਾਂ ਉਹਦੇ ਨਾਲ ਟਰੈਕਟਰ ਵੀ ਪੂਰਾ ਜੁੰਮਸ ਐਨ ਤਕੜਾ ਟਰੈਕਟਰ ਜੁੰਮਸ ਹੈ ਜੀ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਪਹਿਲਾਂ ਕਿਹੜੇ ਕਿਹੜੇ ਟਰੈਕਟਰ ਆਪਾਂ ਨੇ ਟਰਾਈ ਕਰੇ ਆ ਵੀ ਉਹ ਕਿਹੜੇ ਟਰੈਕਟਰ ਟਰਾਈ ਕਰਨ ਤੇ ਬਾਅਦ ਫਿਰ ਆਪਾਂ ਨੇ ਨੋਵੋ ਕਿਉਂ ਸਿਲੈਕਟ ਕਰਿਆ ਇਹ ਸਾਰੀਆਂ ਗੱਲਾਂ ਆਪਾਂ ਤੁਹਾਨੂੰ ਦੱਸਦੇ ਆ ਕਿੰਨੇ ਦਾ ਸੌਦਾ ਬਣਿਆ ਕਿੰਨਾ ਮਾਡਲ ਹੈ ਸਾਰਾ ਅੱਜ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਣਾ ਹੈ ਤੇ ਬਾਕੀ ਅੰਦਰ ਹੁਣ ਹਲੇ ਰੇਟ ਦੀ ਗੱਲ ਕਰ ਰਹੇ ਹਾਂ ਬਾਕੀ ਤੁਹਾਨੂੰ ਮਿਲਾਉਣੇ ਅੰਦਰ ਜਾ ਕੇ ਆ ਜਾਓ ਫਿਰ ਡੈਡੀ ਹੋਣੀ ਸਾਰੇ ਰੇਟ ਕਰਵਾ ਕੇ ਬੈਠੇ ਇਹ ਕੰਮ ਕਰ ਲੱਭ ਰਹੇ ਅੰਦਰ ਕਿੱਥੇ ਹੋ ਗਏ ਵਧਾਈਆਂ ਹਾਂ ਬਈ ਹੋ ਗਏ ਜੀ ਵਧਾਈਆਂ ਠੀਕ ਹੈ ਟਰੈਕਟਰ ਹੁਣ ਵਾਸ਼ਿੰਗ ਲਈ ਗਿਆ ਵਾ ਜੀ ਪਸੰਦ ਹਰਸ਼ਵੀਰ ਦੀ ਆਤ ਹੀ ਪਹਿਲ ਪਰ ਮੋੜ ਕੇ ਲਿਆਂਦਾ ਬੜੀ ਦੂਰੋਂ ਹਰਸ਼ਵੀਰ ਆ ਜਾ ਇਹ ਟਰੈਕਟਰ ਪਰ ਕਾਤੇ ਇੰਨਾ ਤੇਰਾ ਦਿਲ ਤਾਂ ਇਹਦੇ ਪਰ ਜੇ ਹੁਣ ਆਏ ਆ ਮੈਨੂੰ ਤਾਂ ਐਂਦਾ ਮੈਂ ਚੱਲ ਹੁਣ ਪੈਸੇ ਲਾਉਣੇ ਨਵਾਂ ਲੈ ਚੱਲਦੇ ਵੀ ਨਵਾਂ ਲੈ ਚੱਲ ਹੁਣ ਵੀ ਪਰ ਨਵਾਂ ਹੀ ਮਿਲ ਗਿਆ ਹੁਣ ਵੀ ਨਵਾਂ ਹੀ ਮਿਲ ਗਿਆ ਆਪਾਂ ਨੂੰ ਹੁਣ ਨਵੇਂ ਦੀ ਉਹਦੀ ਕੀਮਤ ਹੈ ਕਿੰਨੀ ਹੋ ਗਈ ਉਹਦੀ ਨੋਵੋ ਦੀ 9 ਲੱਖ ਰੁਪਏ ਜੀ 9 ਲੱਖ ਰੁਪਏ ਦੇ ਕਰੀਬ ਹੋ ਗਿਆ ਜਿਹੜਾ ਸੀਆਰਟੀ ਮਾਡਲ ਤੇ ਇਹ ਹੈਗਾ ਤਾਂ ਜੀ 555 50 ਹਾਰਸ ਪਾਵਰ 55 ਹਾਰਸ ਪਾਵਰ ਮੇਰਾ ਥੋੜਾ ਜਿਹਾ ਦੋ ਧੜਕਾਂ ਚ ਪੈ ਗਿਆ ਮੈਂ ਕੱਲ ਨੂੰ ਚੱਲ ਹੁਣ ਖੇਤੀ ਆ ਜਿਹੜੀ ਬੜੀ ਮਸ਼ੀਨਰੀ ਦੀ ਆ ਬਾਈ ਹੁਣ ਜਿਵੇਂ ਸੁਪਰ ਸੀਡਰ ਮੈਂ ਕੱਲ ਨੂੰ ਆਪਾਂ ਨੇ ਜੇ ਸੁਪਰ ਸੀਡਰ ਲੈਣਾ ਵੀ ਹੋਇਆ ਚਲਾਊਗਾ ਤਾਂ ਸਹੀ ਬਿਲਕੁਲ ਬਿਲਕੁਲ ਸਾਡਾ ਰਹੇ ਨੇ ਹੁਣ ਥੋੜਾ ਜਿਹਾ ਮੇਨ ਰੀਜ਼ਨ ਤਾਂ ਆਹੀ ਆ ਜਾਂਦਾ ਆ ਜਾਓ ਕਿ ਨਹੀਂ ठीक है संतुष्टि घड़ी घड़ी शटल शिफ्ट आ गए सारे गेयर फीचर ओ सारे जिन्हें भी एडवांस हूँ जो सीआरटी नवा आ रहा सिर्फ उस मोड़ मोड़ का फर्क है बाकी सारा डिट हो ही है हूँ 16 का टायर चा बड़ा जमकता नहीं रोड वास्ते एक नंबर ट्रैक्टर पूरा जिन्ना ट्राली नू रोड पर बिछके चलता ना और ब्रेकों रुकण की स्पीड है इन्हें च होर अर्जना च नहीं है इन रोड वास्ते तो राजा ट्रैक्टर 26-27 क्वेंटल का कला वेट है वह ਇਹ ਹੈਗਾ 21 ਕੁਇੰਟਲ ਦਾ 555 ਤੇ ਲੋ ਜੀ ਜੋ ਹਰਸ਼ਵੀਰ ਦਾ ਟਰੈਕਟਰ ਫਾਈਨਲ ਕੀਤਾ ਏ ਉਹ ਹੈਗਾ ਏ ਆਪਣਾ ਪਹਿਲਾਂ ਇਹ ਸੋਚਦੇ ਸੀਗੇ ਲੈਣ ਨੂੰ ਬਟ ਲਿਆ ਹੁਣ ਇਹੀ ਆ ਬਾਕੀ ਮਿਲੋ ਬਲਵੀਰ ਚਾਚਾ ਜੀ ਨੂੰ ਆਹ ਲੈ ਰਿਹਾ ਟਰੈਕਟਰ ਤੇ ਵਧੀਆ ਫਿਰ ਵਧੀਆ ਵਧੀਆ ਕਰਮ ਬਾਕੀ ਮਾਉਂਦੇ ਆ ਤੁਹਾਨੂੰ ਆਜਾ ਕੀ ਆਜੋ ਬਣਾਈਏ ਨਹੀਂ ਕਿ ਟਰੈਕਟਰ ਹੁਣ ਬਾਜ ਹੋ ਕੇ ਆਇਆ ਜੀ ਪਾਲਸਾ ਲਿਆਂਦੀ ਆਪਾਂ ਨੇ ਨਾ ਪਵਾ ਦੋ ਨਵੀਆਂ ਹੂੰ ਉਹ ਵੀ ਬੜਾ ਇਹਦੇ ਇਹਦੇ ਨਾਲ ਦੇ ਇੱਕ ਪਰਲੇ ਪਾਸੇ ਵੀ ਦਵਾ ਹੋ ਜਾਣਾ ਚੜਨ ਉੱਤਰ ਨੂੰ ਉਹਦੀ ਜੇਸੀਬੀ ਵਾਲੀ ਫੀਲਿੰਗ ਆਉਂਦੀ ਹੈ ਪੂਰੀ ਬਾਕੀ ਆਹੀ ਹੈ ਡੀਜੀ ਸੈਂਸ ਹੈਗਾ ਆਪਣਾ ਉਹ ਹੈਗਾ ਸ਼ਟਲ ਸ਼ਿਫਟ ਹੋ ਗਿਆ ਇਹੀ ਚੀਜ਼ਾਂ ਕਰਕੇ ਥੋੜ੍ਹਾ ਜਿਹਾ ਮਹਿੰਗਾ ਇਹ ਬਾਕੀ ਟਰੈਕਟਰ ਸਾਫ਼ ਸੁਥਰਾ ਜੀ ਵਰਕਿੰਗ ਇਹਦੀ 2500 ਘੰਟੇ ਚੱਲਿਆ ਵਾ ਕੁੱਲ ਇਹ ਸਾਡਾ ਜੈਨੂਅਨ ਚੱਲਿਆ ਵਾ ਲੋਕਲ ਹੈ ਨਾ ਸਾਡੇ ਤਾਂ ਲਾਗ ਲਾਉਣੇ ਦਾ ਸਾਡੇ ਤਾਂ ਲਾਗ ਲਾਉਣੇ ਚੱਲਿਆ ਵਾ ਤਾਂ ਨਾ ਟਾਇਰ ਵੀ ਨਾਲ ਦੇ ਇਹਦੇ ਤਕਰੀਬਨ 75-80 ਕੁ ਪੈਸੇ ਟਾਇਰ ਹੈਗੇ ਇਹਦੇ ਫਰੰਟ ਟਾਇਰ ਵੀ ਠੀਕ ਹੈ ਜਿਹੜੀ ਜਿਹੜੀ ਚੀਜ਼ਾਂ ਚਾਹੀਦੀਆਂ ਸੀ ਅੱਗੇ ਵਾਸਤੇ ਹੁਣ ਡਿਸਟ੍ਰੀਬਿਊਟਰ ਇਹਨੂੰ ਲੱਗਿਆ ਹੋਇਆ ਡੀਜੀ ਸੈਂਸ ਹੈਗੇ ਜੀ ਬਾਕੀ ਸ਼ਟਲ ਸ਼ਿਫਟ ਹੈ 15 ਕੇ ਰੱਖੇ ਦੇ ਆ 15 ਪਿੱਛੇ ਦੇ ਆ ਬਾਕੀ ਹੋਰ ਅਸੀਂ ਤਾਂ ਚਲਾਏ ਰਹੇ ਹਾਂ ਟਰੈਕਟਰ ਨੂੰ ਤਾਂ ਕਰਕੇ ਆਪਾਂ ਨੇ ਜੋ ਉਹਦਾ ਏਸੀ ਟਰੈਕਟਰ 'ਤੇ ਮਾਰਿਆ ਸੀ ਜਦੋਂ ਨੋਵੋ 'ਤੇ ਆ ਇੱਕ ਵਾਰ ਵੀ ਉਹ ਅਲਟਰਾ ਨਾਲ ਤਾਂ ਇਹਦੇ 'ਚ ਬੈਨੀਫਿਟ ਜ਼ਿਆਦਾ ਹੀ ਆਪਾਂ ਨੂੰ ਮੰਨ ਲਓ ਚੱਲ ਅੱਜ ਜੇ ਉਹ ਨਵਾਂ ਕਢਾਉਂਦਾ ਵੀ ਹੈ ਤਾਂ ਉਹਨੇ ਟੁੱਟਦੀ ਏਜੰਸ 'ਚੋਂ ਨਿਕਲਦੀ ਸਾਰੇ ਉਹਨੇ ਘੱਟੋ ਘੱਟ 50,000 ਦੇ ਲੱਖ ਰੁਪਏ ਉਹਨੇ ਡ੍ਰੌਪ ਕਰ ਦੇਣਾ ਵਾ ਟਰੈਕਟਰ ਨੇ ਤਾਂ ਹੁਣ ਇਹ ਹੈ ਜੀ ਆਪਣਾ ਮੰਨ ਲਓ ਇਹ ਕਿੰਨਾ ਕੁ 6-6.5 ਜਿੰਨੇ ਦਾ ਵੀ ਆਪਣਾ ਸੌਦਾ ਬਣਿਆ ਅਤੇ ਇਹ ਜਾਊਗਾ ਵੀ ਤਾਂ ਚਾਹੇ ਸਾਲ ਚੱਲ ਪਏ 2 ਸਾਲ ਚੱਲ ਪਏ ਵੱਧ ਤੋਂ ਵੱਧ 10-20,000 ਦਾ ਘਾਟਾ ਪੈਣ ਵਾਲੀ ਉਹ ਵੱਧ ਤੋਂ ਵੱਧ ਇੰਨਾ ਕੁ ਘਾਟਾ ਪਊਗਾ ਕੋਈ ਜ਼ਿਆਦਾ ਸੌਦਾ ਘਾਟੇ ਵਾਲਾ ਨਹੀਂ ਹੈ ਅਤੇ ਅੱਜ ਹੁਣ ਤੁਹਾਨੂੰ ਆਪਾਂ ਉੱਪਰ 'ਤੇ ਦਿਖਾ ਦਿੰਦੇ ਹਾਂ ਇਹਦੀ ਚਾਬੀ ਕਿੱਥੇ ਹੈ ਜੀ ਤੁਹਾਡੇ ਕੋਲ ਆ ਚਾਬੀ ਦੇ ਦਿਓ ਕਹਿੰਦਾ ਲੋਕ ਪਾਇਓ ਨਵਾਂ ਹਲੇ ਧੋ ਕੇ ਲਿਆਂਦਾ ਨਾ ਮੀਟਰਾਂ ਥੋੜ੍ਹੀ ਜਿਹੀ ਉਹ ਫੀਚਰ ਵਾਈਜ਼ ਤਾਂ ਇੰਨੇ ਵੀ ਜੇ ਕਲੱਚ ਬਣਾਏ ਆਪਾਂ ਪੈਰ ਵੀ ਰੱਖ ਲਈਏ ਨਾ ਇਹਨੂੰ ਥੋੜ੍ਹੇ ਟਾਈਮ ਬਾਅਦ ਰੌਲਾ ਪਾਉਣ ਲੱਗ ਜਾਣਾ ਵੀ ਕਲੱਚ ਤੋਂ ਪੈਰ ਚੱਕੋ ਵੀ ਫਾਲਤੂ ਟਾਈਮ ਆਏ ਨਹੀਂ ਹੈ ਵੀ ਜਿਵੇਂ ਪਹਿਲਾਂ ਆਪਣੇ ਸਿਆਣੇ ਹੁੰਦੇ ਤੇ
ਵੀ ਕਲੱਚ ਤੇ ਪੈਰ ਰੱਖਣ ਦੀ ਆਦਤ ਦੀ ਹੈ ਸਵਰਾਜ ਦੇ ਕਿਸੇ ਹੋਰ ਟਰੈਕਟਰਾਂ ਦੇ ਤਾਂ ਇਹ ਸਾਰੀਆਂ ਚੀਜ਼ਾਂ ਕਰਕੇ ਥੋੜ੍ਹਾ ਜਿਹਾ ਐਡਵਾਂਸ ਹੈ ਇਹ ਬਾਕੀ ਸਟੇਰਿੰਗ ਐਡਜਸਟ ਨਹੀਂ ਹੈਗਾ ਇਹਦਾ ਸਿੰਪਲ ਹੈ ਨੋਰਮਲ ਆਈ ਜੀ ਲੈਟਾਂ ਵਾਲੀ ਸਵਿਚਿੰਗ ਆ ਗਈ ਪਾਸ ਵਗੈਰਾ ਲੈਟਾਂ ਇੰਡੀਕੇਟਰ ਸਾਰਿਆਂ ਨੇ ਇੱਥੋਂ ਵਰਤ ਕਰਦੀ ਹੈ ਅਤੇ ਬਾਕੀ ਨਾਲ ਇਹਦੇ ਰਿਮੋਟ ਵੀ ਹੈ ਜੀ ਦੂਜਾ ਆਪਣਾ ਲੈਟਾਂ ਲੁੱਟਾਂ ਦਾ ਇੰਡੀਕੇਸ਼ਨ ਵਾਲਾ ਅਤੇ ਨਾਲ ਸਾਰਾ ਰਿਮੋਟ ਆ ਜਾਂਦਾ ਬਾਕੀ ਹੋਰ ਹੈ ਡਿਫੈਂਸਲ ਬਥੇਰਾ ਤਕੜਾ ਇਹਦਾ ਟਰੈਕਟਰ ਦਾ ਨੋਰਮਲ ਵੇਟ ਦੇ ਵਿੱਚ ਇਹ ਨਾ ਆਮ ਟਰੈਕਟਰਾਂ ਨਾਲੋਂ ਕੋਈ 55-60 ਦੇ ਜਿਵੇਂ 53-10 ਇੰਚ ਜਾਂ ਹੋਰ ਕਈ ਟਰੈਕਟਰ ਹੈ ਤਾਂ ਉਹਨਾਂ ਨਾਲ ਤਾਂ ਭਾਰਾ ਹੀ ਹੈ ਵੇਟ ਬੂਟ ਦੀ ਐਕਸਟਰਾ ਇਹਨੂੰ ਲੋੜ ਨਹੀਂ ਪੈਂਦੀ ਨੋਰਮਲ ਮੰਨ ਕੇ ਚਲੋ ਹੁਣ ਇਹ 26-27 ਕੁਇੰਟਲ ਦੇ ਕਰੀਬ ਇਹਦਾ ਟਰੈਕਟਰ ਦਾ ਵੇਟ ਹੈ ਆਪਣਾ ਜਿਹੜਾ ਟਰੈਕਟਰ ਇਕੱਲਾ ਆਪਣਾ ਮਤਲਬ ਵੀ ਨਾ ਉਹ ਤੋਂ ਵੇਟਾਂ ਵੂਟਾਂ ਤੋਂ ਹੁਣ ਬਾਕੀ ਹੁੱਡ ਵਗੈਰਾ ਲੱਗੀ ਹੋਈ ਆ ਉਹਦਾ ਚਲੋ ਜਿਹੜਾ ਹੁਣ ਮੈਸੀ ਆਪਾਂ ਵਿੱਚ ਕਟਾਇਆ ਉਹਦੀ ਵੀ ਹੁੱਡ ਅੱਡ ਸਾਰੀ ਨਾਲੇ ਦੇਣੀ ਆਪਾਂ ਨੇ ਉਹਦਾ ਮੈਂਫਰ ਨਹੀਂ ਖੋਲਿਆ ਉਹਦੀ ਹੁੱਡ ਨਹੀਂ ਖੋਲੀ ਅਤੇ ਹੁਣ ਹਰਸ਼ ਵੀ ਲਾਉਂਦਾ ਆਪਾਂ ਤੁਹਾਨੂੰ ਉਹਦੇ ਨਾਲ ਕਰਾਉਂਦੇ ਹਾਂ ਗੱਲਬਾਤ ਵੀ ਕਿੰਨੇ ਦਾ ਆਪਣਾ ਸੌਦਾ ਜਿਹੜਾ ਵਿੱਚ ਪੈ ਕੇ ਹੋਇਆ ਕਿੰਨਾ ਇਹਦਾ ਮੰਗ ਦਿੱਤਾ ਅਤੇ ਕਿੰਨਾ ਮੈਸੀ ਦਾ ਲੱਗਿਆ ਤਾ ਅਤੇ ਉਹ ਸਾਰਾ ਆਪਾਂ ਹੁਣ ਹਰਸ਼ ਵੀ ਨਾਲ ਮਿਲਾ ਕੇ ਤੁਹਾਨੂੰ ਦੱਸਦੇ ਹਾਂ ਅਤੇ ਆ ਜਾਓ ਹਰਸ਼ ਵੀ ਨਾਲ ਮਿਲਾਉਂਦੇ ਹਾਂ ਅੱਗੇ ਵੱਲ ਹੋਣੀ ਬਾਈ ਪਾਰਟੀ ਪਾਰਟੀ ਵਾਲੀ ਪਾਰਟੀ ਜ਼ਰੂਰ ਪਤਾ ਨਹੀਂ ਆਉਂਦੀ ਹੈ ਇਹਦਾ ਬਾਹਰ ਹੈ ਨਾ ਟੀਵੀ ਵਾਲਾ ਹਾਂਜੀ ਹਾਂਜੀ ਇਹਦਾ ਬਾਹਰ ਹੈ ਬਾਕੀ ਇਹਦੀ ਪੀ ਟੀ ਓ ਵੀ ਬੜੀ ਹੈ ਦੂਏ ਟਰੈਕ ਜਿੰਨੀ ਉਹਦੀ ਕੁੱਲ ਹੋਰਸ ਪਾਵਰ ਤੀ ਉੱਨੀ ਇਹਦੀ ਪੀ ਟੀ ਓ ਹੈ 51 ਕਾ ਇੱਥੇ ਸਾਰੀ ਇਹਦੀ ਲੱਗੀ ਹੋਈ ਹੈ ਆਹ ਨੰਬਰ ਇਹਦੀ ਪਲੇਟ ਲੱਗੀ ਹੋਈ ਸਾਰੀ ਵੀ ਪੀ ਟੀ ਓ ਦੀ ਕਿੰਨੀ ਪਾਵਰ ਹੈ 50 HP ਦਾ ਹਾਂ ਜਾਂ ਵੀ ਹੋਏਗੀ 50-51 HP ਦਾ ਪੀ ਟੀ ਓ ਹੋਣੀ ਚਾਹੀਦੀ ਜਿਵੇਂ ਜੌਂਡੀਅਰ ਕਹਿਣ ਤਾਂ ਵੀ ਪੀ ਟੀ ਓ ਨੂੰ ਪੂਰਾ ਤਕੜਾ ਹੈ ਵੀ ਉਹਦੇ ਨਾਲ ਕਿਸੇ ਪਾਸੇ ਨੂੰ ਘੱਟ ਵਾਲੇ ਨਹੀਂ ਹੈ ਜੌਂਡੀਅਰ ਤੋਂ ਕਿਸੇ ਪਾਸੇ ਕੁਛ ਨਹੀਂ ਚੱਲਿਆ ਵਾ ਆਪਣੇ ਵਾਲਾ ਵੀ 20 ਮਾਡਲ 18-1900 ਘੰਟੇ ਚੱਲਿਆ ਵਾ ਨਾਲੇ ਉਹ ਖੇਤਾਂ 'ਚ ਚੱਲਿਆ ਵਾ ਜ਼ਿਆਦਾ ਰੋਡ ਪਰ ਨਹੀਂ ਚੱਲਿਆ ਈਵਨ ਲੇਜ਼ਰ ਕਰਾ ਤੇ ਲਾਏ ਉਹਨੂੰ 2 ਸੀਜ਼ਨ ਅਤੇ ਬਸ ਮਾੜਾ ਮੋਟਾ ਆਪਣਾ ਵਾਹੀਗੁਰੂ ਵੀ ਚੱਲਿਆ ਵਾ ਇਹਨੂੰ ਉਹੀ ਬਸ 3 ਕੁ ਸਾਲ ਹੋ ਗਏ 2.5-3.5 ਕੁ ਸਾਲ ਹੋਏ ਆ ਇਹ ਉਦੋਂ 500 ਘੰਟੇ ਵੱਧ ਚੱਲਿਆ ਵਾ ਬਾਕੀ ਹੁਣ ਇਹਦੇ ਪਰ ਪਾਲਸ਼ਾਂ ਮਾਰਨੀਆਂ ਪਾਲਸ਼ਾਂ ਦਵਾ ਲਏ ਹਰ ਸਵੇਰ ਨੂੰ ਸੀਟ ਸੂਟ ਕਵਰ ਨਵੇਂ ਪਾਉਂਦੇ ਹਾਂ ਇਹਦੇ ਅੱਜ ਜਾਂਦੇ ਜਾਂਦੇ ਹੁਣ ਬਸ ਆਹ 2-4 ਚੀਜ਼ਾਂ ਜਿਹੜੀਆਂ ਨਵੀਆਂ ਪਈਆਂ ਵੀ ਇਹਦੀ ਟਰੈਕਟਰ ਦੀ ਲੁੱਕੇ ਨੂੰ ਚੇਂਜ ਕਰਦੇ ਆ ਡੰਡੇ ਲੈਣੇ ਆ ਨਵੇਂ ਡੰਡੇ ਦੀ ਡੰਡੇ ਲੈਣੇ ਕਿ ਡੰਡੇ ਉਹਨਾਂ ਨਾਲ ਪੁੱਛਦੇ ਆ ਲਾਉਣੇ ਤਾਂ ਹੈ ਨਹੀਂ ਇਹਨੇ ਕੋਲ ਤਾਂ ਦੇਣੇ ਹੀ ਆ ਫੇਰ ਗਾ ਨੂੰ ਪੈਸੇ ਲਾਉਣੇ ਨਹੀਂ ਸਾਫ ਸੁਥਰੇ ਕਰਕੇ ਅਸੀਂ ਬੰਦੇ ਲੈ ਕੇ ਹੁਣ ਰੋਪੜ ਤਾਂ ਰੋਪੜ ਸਾਰਾ ਇਹਨਾਂ ਦਾ ਡਨ ਹੋ ਗਿਆ ਤਾਂ ਕੰਮ ਸਾਰਾ ਸੌਦਾ ਹੋ ਗਿਆ ਤਾਂ ਫਾਈਨਲ ਹੋ ਗਿਆ ਤਾਂ ਏਜੰਸੀ ਵਾਲੇ ਦਾ ਪਰ ਫਿਰ ਵੀ ਆਪਾਂ ਉਦੋਂ ਹੀ ਕਰਿਆ ਵੀ ਇੱਕ ਤਾਂ ਆਪਣਾ ਵਧੀਆ ਪਿਆਰ ਬਣਿਆ ਵਿੱਚ ਆਪਾਂ ਨੂੰ ਵਧੀਆ ਸਰਵਿਸ ਵੀ ਦੇਈ ਜਾਣੀ ਆ ਵੀ ਇਹਦੇ 'ਚ ਹੁਣ ਸਾਰੇ ਫੀਚਰ ਐਡ ਨੇ ਆਉਣ ਵਾਲੇ ਟਾਈਮ ਦੇ ਵਿੱਚ ਜਿੱਧਰ ਨੂੰ ਮਰਜ਼ੀ ਠੋਕ ਲੈ ਚਾਹੇ 50 ਕਿੱਲਿਆਂ ਦੀ ਖੇਤੀ ਕਰ ਲਈ ਚਾਹੇ 100 ਕਿੱਲਿਆਂ ਦੀ ਖੇਤੀ ਕਰ ਲਈ ਇਹ ਜਵਾਬ ਦੇਣ ਵਾਲਾ ਨਹੀਂ ਹੈ ਪੂਰੇ ਹੈਵੀ ਇੰਪਲੀਮੈਂਟ ਜਿਵੇਂ ਸੁਪਰ ਸੀਟਰ ਚਾਹੇ 10 ਫੁੱਟਾਂ 'ਚ ਚੁਕਾ ਲਈ ਐ ਨਹੀਂ ਹੈਵੀ ਮੂਹਰੇ ਤੋਂ ਉੱਠ ਖੜੂਗਾ ਇਹ ਇਹ ਚੀਜ਼ਾਂ ਕਰਕੇ ਆਪਾਂ ਨੇ ਅੱਜ ਹੁਣ ਜ਼ੋਰ ਮਾਰ ਕੇ ਆਪਾਂ ਨੇ ਵਿੱਚ ਪੈ ਕੇ ਟਰੈਕਟਰ ਕਰਵਾਇਆ ਆਹ ਹੁਣ ਸੈੱਟ ਆ ਕੰਮ ਖੋਲੇ ਦੇਣੇ ਆ ਇਹਦੇ ਲੋੜ ਨੇ ਯਾਰ ਫੇਰ ਅਜੀਬ ਲੱਗੂ ਕਹਿੰਦੇ ਹੁਣ ਮੈਂ ਇਹਦਾ ਤਾਂ ਰੱਖਿਆ ਚੱਲ ਸਮਾਨ ਸਮੂਨ ਬੰਨਣ ਮੈਸੀ ਲੱਗ ਗਿਆ ਵੀਰੇ ਆਪਣੇ ਦਾ ਪੂਰੇ ਵੀ ਬਾਈ ਆਪਣਾ ਉਹਨੇ ਦੇਖਿਆ ਜੀ ਮੇਰੀ ਸਲਾਹ ਦੀ ਵੀ ਚੱਲ ਆਹ ਲੈ ਲੈਂਦੇ ਆ ਪਰ ਫੜੀ ਨਾ ਕਾਹਨੂੰ ਫੜੀ ਕਹਿੰਦੇ ਵੀ ਹੁਣ ਕਹਿੰਦੇ ਲੇਟ ਤਾਂ ਲੱਗਿਆ ਕਹਿੰਦੇ ਵੀ ਇਹਦੇ ਚ ਕਹਿੰਦੇ ਸਾਨੂੰ ਸੰਤੁਸ਼ਟੀ ਰਹੂਗੀ ਕਹਿੰਦੇ ਹੁਣ ਗਾਹਾਂ ਗਾਹਾਂ ਵੀ ਜਿਹੜਾ ਕੋਈ ਮਰਜ਼ੀ ਪਾਈ ਆ ਗੰਨੇ ਵਾਸਤੇ ਵੀ ਤਕੜਾ 15 ਫੁੱਟ ਟਰਾਲੀ ਬਣਾਈ ਹੈ ਹੁਣ 15 ਫੁੱਟ ਨੂੰ ਆਏ ਥੋੜੀ ਵੀ ਕਿਸੇ ਪਾਸੇ ਨੂੰ ਇਹ ਝੋਲ ਜੀ ਵੀ ਮਾਰ ਜੂਗਾ ਰੋਡ ਪਰ ਜਿੰਨਾ ਬਿਸਕੇ ਟਰੈਕਟਰ ਚੱਲਦਾ ਉਹਨਾਂ ਤਾਂ ਉਹਨੇ ਕਿੱਥੇ ਚਲਾਉਣਾ ਤਾਂ ਮੈਂ ਗੇੜੇ ਲਾਏ ਆ ਨਾ ਮੈਂ ਤਾਂ ਹੀ ਅਰਜਨ ਦੇ ਮਗਰ ਪਿਆ ਮੈਂ ਸੇਲ ਰੱਖ ਕੇ ਸੇਲ ਹੈ ਵੀ
ਜਿੰਨੀਆਂ ਵੀ ਜਾਂਸੀਆਂ ਦੇ ਵਿੱਚ ਨੋਵੋ ਸੀਰੀਜ਼ ਸਭ ਤੋਂ ਘੱਟ ਸੇਲ ਹੈ। ਹੁਣ ਦਬਾਉਣ ਨੂੰ ਤਾਂ ਕਹੀ ਜਾਣਾ ਬਦਲਣਾ, ਹੁਣ ਬਦਲਣਾ ਨਹੀਂ ਆਤੇ ਨਹੀਂ ਕਹੂੰਗਾ। ਹੁਣ ਨੋਵੋ ਦੂਆ ਵੀ ਖੜਾ ਤਾਂ ਜੀ 605 ਇੱਕ ਛੋਟਾ 14 ਦੇ ਟਾਇਰਾਂ 'ਚ ਵੀ ਖੜਾ ਤਾਂ ਉਹ ਵੀ 50 ਪਾਵਰ ਦਾ ਖੜਾ ਇਹਨਾਂ ਕੋਲ, ਪਰ ਉਹਨਾਂ ਪਰ ਪੈਸੇ ਲਾ ਕੇ ਬੇਫਿਊਲ ਹੈ। ਚਲ ਹੁਣ ਘਰ ਤੋਂ ਚੱਕ ਦੀ ਇੱਕ ਵਾਰੇ ਸੁਪਰ ਸਿਲਟਰ ਚਲਾਵੇ, ਜੋ ਮਰਜ਼ੀ ਚਲਾ, ਜਿਹੜਾ ਕੋ ਮਰਜ਼ੀ ਪਾਈ ਜਾਈਏ। ਹਾਂ ਹਾਂ, ਬੈਂਪਰ ਲਵਾ ਦੇਣਾ ਇਹਨੂੰ, ਕੁਆਂਟਲ ਦਾ ਰੱਖਾ ਦੀ। ਹਾਂ ਬੈਂਪਰ ਦਾ ਲਵਾ ਦੇਣਾ, ਬੈਂਪਰ ਲੱਗਿਆ ਵਾ ਕੁਆਂਟਲ ਦਾ, ਲੁੱਕ ਲੱਗਣਾ ਬਣਾ ਲੈਣੀ ਹੈ। ਚਲ ਆ ਛਤਰੀ ਆਪਣੀ, ਇਹਦਾ ਪੇਟ ਛਤਰੀ ਤਾਂ ਚੱਲ ਹੁਣ ਛਤਰੀ ਆਪਾਂ ਨੇ ਦੂਏ ਨਾਲ ਦਿੱਤੀ, ਇਹਦੇ ਨਾਲ ਮਿਲ ਗਈ, ਇਹਦੇ ਨਾਲ ਕਹਿੰਦਾ ਪੈਪ ਜੇ ਲੈ ਲਿਓ। ਹਲੇ ਤਾਂ ਵੀ ਕਹਿੰਦਾ ਲੱਗੀ ਨਹੀਂ, ਹੁੱਕ ਦਾ ਨਾਲ ਵੀ ਲੱਗਾ ਦੂਈ ਕੀ ਇਹ ਮਿਸਾਲੀ ਗੱਸੀ ਆ, ਮੈਨੂੰ ਲੱਗਾ ਹੁੱਕ ਦਾ ਕੋਈ ਨਾ ਕੋਈ ਨਾ ਤੱਕ ਦਾ ਹੁੰਦਾ ਹੀ। ਇਹ ਵੀ ਤਕੜੀ ਹੋ ਕਿਤੇ ਮਾੜ ਜੀ, ਪਿੰਨਾ ਪੁੰਨਾ ਪਾ ਲਈ ਬਸ ਇਹਦੇ ਚ ਨਟ ਕੱਢ ਕੇ। ਓਹਦਾ ਵੀ ਕੁਛ ਨੀ ਰੱਖਣਾ ਹੈ, ਬਸ ਓਹਦਾ ਕੁਛ ਨੀ ਖੋਲਣਾ, ਜਿਵੇਂ ਜਿੰਨਾ ਕੁ ਸਮਾਨ ਇਹਨੂੰ ਲੱਗਿਆ ਪਿਆ ਇੰਨੇ ਕੱਪੜੇ ਓਹਨੂੰ ਲੱਗ ਜਾਵੇ। ਤੇ ਹੁਣ ਇਹਦਾ ਬਸ ਇੱਕ ਲੋਕ ਰਹਿ ਗਿਆ ਪਵਾ ਕੇ ਹਨਾ, ਤੇ ਆਪਾਂ ਮੂੰਹ ਮਿੱਠਾ ਕਰਾ ਦਈਏ ਬੰਦਿਆਂ ਦਾ, ਆਪਾਂ ਚੱਲਦੇ ਹਾਂ। ਮੰਮੀ ਮੱਥਾ ਟੇਕੀਏ ਫਿਰ ਪਹਿਲਾਂ। ਹਾਂ ਠੀਕ ਭਾਈ, ਇੱਕ ਤਾਂ ਆਪਾਂ ਨੇ ਆਹ ਲੈ ਜਾਣੀ ਅੱਜ, ਆਹ ਸੈਲੀਬ੍ਰੇਟ ਲੈ ਜਾਵਾਂਗੇ। ਹੁਣ ਸਿਰੇ ਵਾਲੀ ਛਾਲ ਮਾਰਤੀ ਹੁਣ ਮੈਂ ਲੈ ਕੇ ਜਾਣਾ ਘਰ ਨੂੰ, ਹੁਣ ਲੈ ਕੇ ਚੱਲੂਗੇ ਆਪਣੇ। ਅੱਜ ਹੁਣ ਲੈ ਕੇ ਜਾਣਾ ਜੀ ਪਿੰਡ ਰਜਿੰਦਰਗੜ੍ਹ ਨੂੰ ਟਰੈਕਟਰ, ਕੱਲ ਨੂੰ ਲੈ ਕੇ ਜਾਣਗੇ ਫਿਰ ਪਿੰਡ ਨੂੰ, ਕਿਉਂਕਿ ਮੰਗਲਵਾਰ ਦਾ ਵੀ ਹੁੰਦਾ, ਸੋਮਵਾਰ ਮੰਗਲਵਾਰ ਦਾ ਹੁੰਦਾ ਹੀ ਹੈ। ਚਲੋ ਤੇ ਅੱਜ ਲੈ ਆਉਂਦੇ, ਹੁਣ ਇਹਦਾ ਥੋੜ੍ਹਾ ਬਹੁਤਾ ਕਰਾਉਣੇ ਆ, ਜਿਵੇਂ ਕਟਾਉਣਾ ਉਹ ਜਾਂਦੇ ਆਉਂਦੇ ਨੇ, ਹੁਣ ਕਟਾ ਜਾਣਾ ਇਹਦਾ, ਹੁਣ ਬੈਂਪਰ ਕਿੰਨਾ ਲੱਗਣਾ। ਇਹ ਕਹਿੰਦਾ ਵੀ ਹੁਣ ਤੂੰ ਚਲਾ ਟਰੈਕਟਰ, ਮੈਂ ਕਿਹਾ ਚੱਲ ਠੀਕ ਆ ਮੈਨੂੰ ਦੇ ਦੇ ਚੱਪੀ, ਕਹਿੰਦਾ ਨਹੀਂ ਆਇਆ ਟਰੈਕਟਰ ਨਹੀਂ ਕਿਸੇ ਨੂੰ ਦੇਣਾ, ਮੇਰੇ ਬਾਅਦ ਤਾਂ ਸਾਈਡ ਪਰ ਮਗਰਾੜਾ ਪੱਕਾ ਹੀ ਉਹਦੇ ਪਰ ਬਿਠਾ ਦਿੰਦਾ ਬਸ ਆਰਾਮ ਨੂੰ। ਹੈਲੋ ਹੈਲੋ, ਬਹੁਤ ਜ਼ੋਰ ਲਾਇਆ ਮੁੰਡੇ ਨੇ ਚਲਾਉਣੇ ਦਾ ਗੱਡੀ, ਬੜਾ ਮੰਨਣੀ ਪੈਂਦੀ ਹੈ ਕਿਆ ਕਰੀ। ਠੀਕ ਹੈ ਜੀ, ਉਹਦੇ ਮਿਲੂਗਾ ਇੱਥੇ, ਇਹਦੇ ਥੱਲੇ ਤੋਂ ਲੈ ਲੈਣਾ ਆਪਾਂ ਨੇ ਪੁਲ ਥੱਲੇ। ਚੜ੍ਹ ਨਹੀਂ ਹੁੰਦਾ ਭਾਈ,
लो जी मित्रों पहुंच गए जी घर। देखो ट्रैक्टर हूँ पहला वाली है, हूँ खुशप्रीत सिंह दसूगा भी क्या करिया की है ट्रैक्टर नू। घंटा डेढ़ लग गया, दूआ घंटा चल रहा है मुंडा। गर्मी गर्मी हो गया जी, नाल मैं भी लग्या वादा कल्ला नहीं थजनी थोड़ा जा योगदान पाया मैं भी मासा कु मासा कु। रंग देखो ते भाई देखो हूँ ट्रैक्टर पर ना पालश बजी है, ये अद्धी डब्बी अद्धी तो वध डब्बी शो शो खा गई, इन्नी मतलब खुशक हो गई थी, मध्यम जी हुई भी थी शो आ दिखा भी जिवें और रंग धो रही थी ना। हुण देख हुण देखो लिशकां मार दे, ये वही है देख लो ट्रैक्टर आ जिहड़ा तुसीं जंस जी देख रहे थे। देखो हुण लिशकां किवें बज रही है इहदियां, ए किन्ना फर्क लगता था रंग हूं नाल जी मिल गया, हले मुड़गा चल रहा डैशबोर्ड ते मारती बंपर वगैरह हो गया सारा। देखो हूं शो ते रूह लगन लग गई ट्रैक्टर ते, बड़ी डैशबोर्ड ते भी करती देखो एन बन गई गलबात पूरी। आ सीट पहला वाली थी कढ़ी है विच ते कवर पा के बुरी हालत करी पई थी सीट की। हाँ हले नीचे वाला रहिंदा पोर्शन जिहा, हले आ थले वास्ते आपां हाँ ग्रीन ग्रास जा लिया जिहड़ा इहदे नीचे लगना, बाकी लगे पिया जी थोड़ा थोड़ा करना आपां नाल दी नाल कारवाई करी जांदे आ। जानी ट्रैक्टर नू ना इहदे मूहरे फ्रंट च उन्होंने पहला दूजे टायर पाए हुए सी जिहड़े ओह दूजे अपना ओहदे वाले आउंदे नहीं चौड़े जिहे टायर, चौड़े जिहे टायर गुड्डी वाले ताही बाई दे आ टायर घट कसे पे आ, ओह थोड़े जिहे वध कसे पे आ, ओह थोड़े पिछे वध असीं देखीए वी प्रेस स्टीयरिंग करके मुरले टायर वध कसणे चाहीदे ते है मार्का ओही आ टायरां पर। हां मार्का ओही आ पर देखो भाई कईआं दे शौक हुंदे आ अपने रखण दे ट्रैक्टर संभाल च तां कोई एडा बस हुण सिर्फ इहदी की रह गई करन नू, इक तां छतरी इहदी पेंट होणी आ तलवंडी भज जांदे मोगे साइड नूं किन्नी बड़ी बड़ी मंडियां लगदियां जिहड़ा अपने कोल ते मिल जावे अपने डिस्ट्रिक्ट च ते मिल जावे ओहदे वर्गी भाई रीस नहीं हुंदी, रीस नहीं हुंदी वधिया ट्रैक्टर ते बाकी रेट च वी जायज मिल गया जी। हुण चाहे इहनूं असीं तियार तियूर करके 6.5 दा सेल पर ला दईए आराम नाल, आराम नाल बिकूगा जी ठीक है ना। आपां नूं 20,000 50,000 इह छड्ड के जाणे वाली चीज़ है, आपां जे नवां लै लैंदे नवें ने की करना था एजेंसी चो निकलती सार उन्हें लख लख जा 50,000 जा लख रुपया उन्हें उदो ही तोड़ देना था जदी टुट जांदा जासे निकल टुट जांदा जिन्ने पैसे इहदे पर लगे हैं तां उहदा हुण इदां भी अपना भी उन्नी दा हैगा अपना हैगा साल दो साल इहदी इन्नी ओह डिमांड रहूगी रहूगी नंबर दो नाले टॉप मॉडल आ जांदा टॉप मॉडल आ ते भाई जिहड़ा कुछ भी हले अपने वाले च भी ओह फंक्शन नहीं हैगे जिहड़े इहदे च हैगे आ जिहड़े इहदे च डीजी सेंस लग्गिया होया इहनूं ਉਹਨਾਂ ਨੂੰ ਕਹਿੰਦੇ ਉਹਨੇ ਵੀ ਲਵਾਉਣਾ ਹੈ ਉਹਨਾਂ 'ਚ ਆਪਸ਼ਨ ਹੁੰਦੀ ਆ ਇਹਨੂੰ ਲੱਗਿਆ ਵਾ ਸਾਰਾ ਕੁਛ ਲੱਗਿਆ ਲਗਾਇਆ ਜੀ ਬਾਕੀ ਟੈਟੂ ਸਾਰੇ ਨਵੇਂ ਮਿਲ ਗਏ ਜੀ। ਮੇਨ ਤਾਂ ਬੰਦਾ ਟਰੈਕਟਰ ਲੈਣ ਲੱਗਿਆ ਟਾਇਰ ਟੱਪਿਆਂ ਕਿ ਨਹੀਂ ਸਭ ਤੋਂ ਪਹਿਲਾਂ ਜਾਂਦਾ ਵੀ ਟਾਇਰ ਨਾ ਛੇਤੀ ਪਾਉਣੇ ਪੈਣ ਅਤੇ ਬਾਕੀ ਰਹੀ ਗੱਲ ਹੁਣ ਐਫੀਡੈਵਿਟ ਆਪਾਂ ਲੈ ਕੇ ਜੀ ਉਹਨਾਂ ਨੂੰ ਆਪਾਂ ਨੇ ਇਹਦਾ ਦੇ ਦੇਣਾ ਐਫੀਡੈਵਿਟ ਮੈਸੀ ਖੜਾਉਣਾ ਕੱਲ੍ਹ ਨੂੰ। ਬਾਕੀ ਇੱਥੇ ਜਿਹੜਾ ਅਟਾਲ ਤਾਂ ਲਿਖਿਆ ਵਾ ਉਹ ਕਟਾ ਕੇ ਹਰਸ਼ਵੀਰ ਕਹਿੰਦਾ ਮਹਾਲ ਲਿਖਾ ਲਿਓ ਜੀ ਭਾਅ ਜੀ ਕਹਿ ਲਿਖਾਤਾ ਮਹਾਲ ਲਿਖਾਤਾ ਜੀ ਅਤੇ ਆਪਣਾ ਉੱਧਰ ਹੁਣ ਟਰਾਲੀ ਦਾ ਕੰਮ ਚੱਲ ਪਿਆ ਜੀ ਤੁਹਾਨੂੰ ਪਤਾ ਕੁਛ ਨਾ ਕੁਛ ਠਾ ਠੀਕੀ ਆਪਾਂ ਕਰੀ ਹੋ ਜਾਂਦੇ ਹਾਂ। ਇਹ ਆਪਣੀ ਸਭ ਤੋਂ ਪੁਰਾਣੀ ਟਰਾਲੀ ਹੈ ਜੀ ਹੁਣ ਤੱਕ ਦੀ, ਇਹਦਾ ਟਰਾਲੀ ਸਾਡੀ ਇਹ ਸਾਡੇ ਫਾਦਰ ਸਾਹਿਬ ਉਹਨਾਂ ਨੇ ਉਹ ਜਦੋਂ ਛੋਟੇ ਛੋਟੇ ਹੁੰਦੇ ਤੇ ਉਹ ਟਾਈਮਾਂ ਦੇ ਵਿੱਚ 18,000 ਰੁਪਏ ਦੀ ਟਰਾਲੀ ਤਿਆਰ ਹੋਈ ਸੀ ਸਾਡੀ ਇਹ ਉਹਨਾਂ ਟਾਈਮਾਂ 'ਚ। ਹੁਣ ਤੁਸੀਂ ਹਿਸਾਬ ਲਾ ਲਓ ਵੀ 18,000 ਰੁਪਏ ਦੀ ਕਦੋਂ ਜਾ ਕੇ ਕੀਮਤ ਹੋਣੀ ਤੇ ਹੁਣ ਟਰਾਲੀ 1.5 ਜਾਂ 2 ਲੱਖ ਰੁਪਏ ਤੋਂ ਘੱਟ ਦੀ ਟਰਾਲੀ ਬਣਦੀ ਨਹੀਂ ਹੈਗੀ। ਕੱਲ ਡੈਡੀ ਉਹ ਗਰੈਂਡਰ ਨਾਲ ਵੱਢ ਰਹੇ ਤੇ ਇਹਦੇ ਜਿਹੜੇ ਹੁਣ ਆਪਾਂ ਨੇ ਭਾਈ ਥੱਲੇ ਫਰਸ਼ ਲਾਉਣਾ ਨਾ ਤੇ ਉਹ ਤੁਹਾਨੂੰ ਦਿਖਾਵਾਂਗੇ ਵੀਡੀਓ 'ਚ ਬਣਾ ਕੇ ਉਹ ਵੱਢ ਰਹੇ ਤੇ ਕੱਲ 12 ਪੱਤੇ ਲੱਗ ਗਏ ਹਲੇ ਸਿਰਫ ਤੇ ਆਲਾ ਦਲਾ ਜਿਹਾ ਹੀ ਤੁਹਾਨੂੰ ਵਿੱਚੋਂ ਦਿਖਾਉਂਦੇ ਹਾਂ ਟਰਾਲੀ ਦੀਆਂ ਨਾ ਬਾੜਾਂ ਹਲੇ ਵੀ ਸਹੀ ਪਈਆਂ ਇਹਦੀਆਂ ਆ ਜਿਹੜੀਆਂ ਸਾਈਡਾਂ ਸੁੱਡਾਂ ਹੀ ਆ ਨਾ ਸਾਰੀਆਂ ਇਹ ਸਾਰੀਆਂ ਸਹੀ ਪਈਆਂ ਡਾਲੇ ਦੀ ਲੱਖਣੀ ਆਪਾਂ ਨੇ ਉਹ ਦੇਖੋ ਤੁਹਾਨੂੰ ਨਾ ਬੇਲ ਦਿਖ ਦਊਗਾ ਡਾਲੇ 'ਚ ਆਪਾਂ ਨੇ ਭਰ ਕੇ ਉਹਨੂੰ ਸਹੀ ਕਰ ਦੇਣਾ ਆਹ ਬਾੜਾ ਤਕੜੀਆਂ ਆ ਨੀਚੇ ਵਾਲੀ ਸਾਰੀ ਆਪਾਂ ਨੇ ਗਰੈਂਡਰ ਨਾਲ ਵੱਢਤੀ ਇਹ ਹੁਣ ਕੱਲ੍ਹ ਨੂੰ ਆਪਾਂ ਨੇ ਕੀ ਕਰਨਾ ਇਹਦੀ ਉਹ ਥੱਲੇ ਜੈਕ ਵਾਲੀ ਪਿੰਨ ਕੱਢ ਕੇ ਨਾ ਇਹਦਾ ਡੱਬਾ ਬਾਹਰ ਕੱਢ ਲੈਣਾ ਆਪਾਂ ਨੇ ਡੱਬਾ ਬਾਹਰ ਕੱਢ ਕੇ ਜ਼ਿਆਦਾ ਮੁੱਦਾ ਕਰ ਲਾਂਗੇ ਤਾਂ ਹੀ ਪੱਟ ਹੋਊਗਾ ਇਹਦਾ ਆਪਾਂ ਨੇ ਡੱਬਾ ਬਾਹਰ ਕੱਢ ਕੇ ਇਹਨੂੰ ਮੁੱਦੀ ਮਾਰ ਲੈਣਾ ਆਪਾਂ ਨੇ ਵੀ ਜਿਹੜੀ ਚੈਨਰੀ ਹੈ ਨਾ ਨੀਚੇ ਪਈਆਂ ਵੀ ਉਹ ਚੈਨਰੀ ਪੱਤੇ ਆਪਾਂ ਨੇ ਟੂਚਾਂ ਦੇਣੀਆਂ ਪੱਟ ਆਹ ਥੋੜ੍ਹੇ ਥੋੜ੍ਹੇ ਪੀਸ ਆ ਜਿਹੜੇ ਉਹ ਕੱਢਤੇ ਅਤੇ ਆਪਾਂ ਨੇ ਲਿਆ ਕੇ ਨਵੇਂ ਆਪਾਂ ਨੇ ਪੀਸ ਹੁੰਦੇ ਨੇ ਕਿ ਟਰਾਲੀ ਆਪਣੀ ਇੱਕ ਕਿਰਾਏ ਵਾਸਤੇ ਵਧੀਆ ਚੱਲਦੀ ਹੋਜੂਗੀ ਵੇਚੀ ਤਾਂ ਨਹੀਂ ਸਾਨੂੰ ਹੁਣ ਫਿਰ ਮਨਾ ਕਰੀ ਜਾਂਦੇ ਕਹਿੰਦੇ ਵੀ ਪੁਰਾਣਾ ਲੋਹਾ ਵੀ ਘਰ ਦਾ ਆਪਣਾ ਜਿਹਨੇ ਸਾਰਾ ਸਮਾਨ ਦਾ ਆਪਣਾ ਬਣਾਇਆ ਹੋਵੇ ਕਿਉਂਕਿ ਇਹ ਟਰਾਲੀ ਪਰੇ ਘੱਟੋ ਘੱਟ 7 ਤੋਂ 8 ਟਰੈਕਟਰ ਆਪਣੇ ਬਦਲੀ ਹੋ ਗਏ ਟਰਾਲੀ ਨਹੀਂ ਆਪਾਂ ਬਦਲੀ ਕਰੀ ਨਾ ਹੁਣ ਜਿਹੜੀ ਆਪਾਂ ਨਵੀਂ ਬਣਾਈ ਤੀ ਇਹਦੇ ਜਿੰਨੀ ਨਿੱਕਰ ਆ ਟਰਾਲੀ ਉਹ ਕਰਮ ਵਾਲੀ ਹੁੰਦੀ ਹੈ ਕਈ ਨਾ ਕਦੇ ਹੱਦ ਤੱਕ ਬ੍ਰੇਕਡਾਊਨ ਦਿੱਤੀ ਉਹੀ ਸਿੰਪਲ ਹਿੱਸਾ ਇਹਨੂੰ ਕੋਈ ਆਏ ਨਹੀਂ ਹੈ ਵੀ ਰੇਲਵੇ ਵਾਲਾ ਹਿੱਸਾ ਪਾਇਆ ਵਾ ਉਹ ਤੁਹਾਡੀ ਨਿਗਾਹ ਮਿਲਾ ਦਿੰਦਾ ਮੈਂ
ਜਿੱਦਣ ਦਾ ਜੈਕ ਲੱਗਿਆ ਵੈ ਟਰਾਲੀ ਨੂੰ ਨਾ ਕਦੇ ਜੈਕ ਨੇ ਪ੍ਰੋਬਲਮ ਦਿੱਤੀ ਨਾ ਜੈਕ ਚੱਲ ਰਿਹਾ ਸੀ ਕਿੰਨੀ ਮਿੱਟੀ ਗੇਰਤੀ ਅਸੀਂ ਨੇ ਕਿੰਨਾ ਹੀ ਕੰਮ ਕਰ ਠੀਕ ਹੈ ਜੀ ਬਾਕੀ ਮਿਲਦੇ ਆ ਜੀ ਹੁਣ ਆਪਾਂ ਅਗਲੀ ਵੀਡੀਓ 'ਚ ਉੱਧਰ ਸ਼ਟਰ ਦਾ ਤੁਹਾਨੂੰ ਦਿਖਾਉਂਦੇ ਹਾਂ ਆਪਣੇ ਵੀਰੋ ਨਹੀਂ ਆਏ ਵੇ ਨਾਲ ਲੱਗ ਕੇ ਉਹ ਆਪਾਂ ਹੁਣ ਅਗਲੇ ਬਲੌਗ ਦੇ ਵਿੱਚ ਐਡ ਅਪ ਕਰਾਂਗੇ ਅਤੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੀ ਵੀਡੀਓ ਦੇਖਣ ਵਾਸਤੇ ਮਿਲਦੇ ਹਾਂ ਜੀ ਕਿਸੇ ਅਗਲੇ ਬਲੌਗ 'ਚ ਕਿਸੇ ਅਗਲੀ ਵੀਡੀਓ ਦੇ ਵਿੱਚ ਕਿਵੇਂ ਲੱਗਿਆ ਸੌਦਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਹੁਣ ਦੋ ਤਿੰਨ ਦਿਨ ਹੋ ਗਏ ਸੌਦਿਆਂ 'ਚ ਉਲਝ ਰਿਹਾ ਮੈਂ ਚੱਲ ਰਿਹਾ ਕੰਮ ਵੀ ਕੱਲ੍ਹ ਮਸ਼ੀਨ ਦਵਾ ਕੇ ਲਿਆਇਆ ਜੀ ਭਾਅ ਜੀ ਉਹਨਾਂ ਨੂੰ ਅੱਜ ਟਰੈਕਟਰ ਦਵਾਇਆ ਟਰੈਕਟਰ ਦਵਾਤਾ ਹਾਂ ਹੁਣ ਆਪਣੇ ਵੀ ਥੋੜ੍ਹੇ ਜਿਹੇ ਕੰਮ ਕਰ ਲਈ ਕਿਉਂਕਿ ਫਿਰ ਆਪਣਾ ਪਿੱਛੇ ਰਹਿ ਜਾਂਦਾ ਹੈ ਨਾ ਹਾਲੇ ਬੱਟਾ ਬੂਟਾਂ ਦੇ ਸਪਰੇਹਾਂ ਰਹਿਣੀਆਂ ਕਰਨ ਨੂੰ ਜਿਹੜੀ ਹੁਣ ਸਾਰਾ ਮਾਰਨਾ ਅਤੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਦੇਖਣ ਵਾਸਤੇ ਮਿਲਦੇ ਜੀ ਕਿਸੇ ਅਗਲੀ ਵੀਡੀਓ ਨਾਲ ਦੇ ਜਾ ਸਤਿ ਸ਼੍ਰੀ ਅਕਾਲ।